ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਬੜੀ ਪਿਆਰੀ ਸਾਖੀ ਆਉਂਦੀ ਹੈ ਕਿਉਂਕਿ ਸਾਖੀ ਨਾਲ ਸੇਤੀ ਸਮਝ ਆ ਜਾਂਦੀ ਸਾਨੂੰ ਕਲੰਗੀ ਧਰਮਾਰਾਜ ਦੀ ਉਸਤਤੀ ਸੁਣ ਕੇ ਨਾ ਇੱਕ ਬਿਰਾਗੀ ਸਾਧੂ ਆਇਆ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਮਹਾਰਾਜ ਦੇ ਦਰਸ਼ਨਾ ਦਰਸ਼ਨ ਕਰਨ ਵਾਸਤੇ ਆਇਆ ਸੀ ਉਹਨੇ ਸੁਣਿਆ ਸੀ ਵੀ ਮਹਾਰਾਜ ਤੇ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਬੜੇ ਸ਼ਾਂਤ ਸੁਭਾਅ ਦੇ ਨੇ ਮੈਂ ਦਰਸ਼ਨ ਕਰਕੇ ਆਵਾਂ ਵਾਜਾਂ ਵਾਲੇ ਪ੍ਰੀਤਮ ਦੇ ਚਰਣਾ ਚ ਬਿਰਾਗੀ ਸਾਧੂ ਦਰਸ਼ਨ ਕਰਨ ਆਇਆ ਸਨਾਤਨ ਮਤ ਦਾ ਜਦੋਂ ਆਇਆ ਆ ਕੇ ਦੇਖਿਆ ਇੱਕ ਹੱਥ ਵਿੱਚ ਗੁਟਾਰ ਫੜੀ ਅਤੇ ਦੂਜੇ ਹੱਥ ਵਿੱਚ ਬਾਜ ਹੈ ਜਦੋਂ ਇੱਕ ਹੱਥ ਵਿੱਚ ਗੁਟਾਰ ਦੇਖੀ ਬਾਜ ਦੇਖਿਆ ਦੂਜੇ ਹੱਥ ਵਿੱਚ ਬਾਜ ਕੀ ਕਰਦਾ ਗੁਟਾਰ ਦੇ ਕਹਿੰਦੇ ਚੁੰਝ ਮਾਰਦਾ ਤੇ ਮਾਸ ਦਾ ਟੁਕੜਾ ਕੱਢ ਕੇ ਲੈ ਜਾਂਦਾ ਉਹਦੇ ਸਰੀਰ ਵਿੱਚੋਂ ਪਹਿਲੀ ਵਾਰ ਚੁੰਝ ਮਾਰੀ ਮਾਸ ਲੈ ਗਿਆ ਵੱਢ ਕੇ ਖਾ ਗਿਆ ਦੂਜੀ ਵਾਰ ਚੁੰਝ ਮਾਰੀ ਫਿਰ ਮਾਸ ਲੈ ਗਿਆ ਬਾਜ ਕੱਢ ਕੇ ਗਿਟਾਰ ਦੇ ਸਰੀਰ ਦੇ ਵਿੱਚੋਂ ਤੇ ਸਾਧ ਸੰਗਤ ਜੀ ਜਦੋਂ ਤੀਸਰੀ ਵਾਰ ਚੁੰਝ ਮਾਰਨ ਲੱਗਾ ਤੇ ਉਹ ਬਿਰਾਗੂ ਸਾਧੂ ਦੇ ਮਨ ਵਿੱਚ ਸ਼ੰਕਾ ਖੜਾ ਹੋ ਗਿਆ ਕਹਿੰਦਾ ਮੈਂ ਤੇ ਸੁਣਿਆ ਸੀ ਵੀ ਬਾਜਾਂ ਵਾਲਾ ਬੜਾ ਦਿਆਲੂ ਐ ਪਰ ਇਹ ਤੇ ਬੜਾ ਕਾਇਰ ਕੁਮਾਰ ਇਹਨੇ ਜਾਨਵਰਾਂ ਤੋਂ ਜਾਨਵਰਾਂ ਨੂੰ ਖਵਾ ਰਹੇ ਨੇ ਕਿਹੜੇ ਪਾਸੋਂ ਦਿਆਲੂ ਨੇ ਸੱਚੇ ਪਾਤਸ਼ਾਹ ਹੁਣ ਜਦੋਂ ਉਹਦੇ ਮਨ ਵਿੱਚ ਸਾਧ ਸੰਗਤ ਜੀ ਇਹ ਸ਼ੰਕਾ ਬਣ ਗਿਆ ਤੇ ਬਾਜਾਂ ਵਾਲੇ ਪ੍ਰੀਤਮ ਤੇ ਹੁਣ ਜਾਣੀ ਜਾਣ ਸਨ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਿਸ਼ਾਨਤ ਉਹ ਅੰਤਰਜਾਮੀ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਕਹਿਣ ਲੱਗੇ ਸੰਤ ਜੀ ਤੁਹਾਡੇ ਹਿਰਦੇ ਵਿੱਚ ਜਿਹੜਾ ਸੰਸਾ ਉੱਠਿਆ ਨਾ ਤੁਹਾਡੇ ਮਨ ਵਿੱਚ ਜਿਹੜੀ ਸ਼ੰਕਾ ਹੈ ਉਹਦਾ ਉੱਤਰ ਸੁਣੋ ਜਵਾਬ ਸੁਣੋ ਵੀ ਇਹ ਕਿਉਂ ਹੋ ਰਿਹਾ ਹੈ ਵਾਜਾਂ ਵਾਲੇ ਪ੍ਰੀਤਮ ਕਹਿਣ ਲੱਗੇ ਇਹ ਜਿਹੜਾ ਇਹ ਜਿਹੜੀ ਗੁਟਾਰ ਹੈ ਨਾ ਇਹ ਪਿਛਲੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿਸੇ ਰਾਜੇ ਦਾ ਵਜ਼ੀਰ ਸੀ ਗੁਟਾਰ ਦਾ ਜਨਮ ਜਿਹਨੂੰ ਮਿਲਿਆ ਨਾ ਇਹ ਪਿਛਲੇ ਜਨਮ ਵਿੱਚ ਕਿਸੇ ਰਾਜੇ ਦਾ ਵਜ਼ੀਰ ਸੀ ਤੇ ਜਿਹੜਾ ਬਾਜ ਹੈ ਇਹ ਜ਼ਿੰਮੇਦਾਰ ਸੀ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਵਜ਼ੀਰ ਸੀ ਰਾਜੇ ਦਾ ਉਹਨੇ ਝੂਠੀਆਂ ਤੋਹਮਤਾਂ ਲਗਾ ਲਗਾ ਕੇ ਜ਼ਿਮੀਂਦਾਰ ਨੂੰ ਪਿੰਡ ਵਿੱਚੋਂ ਬਾਹਰ ਕਢਾ ਦਿੱਤਾ ਹੁਣ ਜਦੋਂ ਜ਼ਿਮੀਂਦਾਰ ਨੂੰ ਪਿੰਡ ਤੋਂ ਬਾਹਰ ਕਢਾ ਦਿੱਤਾ ਤੇ ਉਹ ਜ਼ਿਮੀਂਦਾਰ ਨੇ ਕੀ ਕੀਤਾ ਆਪਣੇ ਰਿਸ਼ਤੇਦਾਰਾਂ ਸਬੰਧੀਆਂ ਦਾ ਕਹਿੰਦੇ ਸਹਾਰਾ ਲੈ ਕੇ ਕੋਈ ਹੋਰ ਪਿੰਡ ਵਸਾਲਿਆ ਜਦੋਂ ਵਜ਼ੀਰ ਨੂੰ ਪਤਾ ਲੱਗਾ ਵੀ ਉਹਨੇ ਹੋਰ ਪਿੰਡ ਵਸਾਲਿਆ ਉਹਨੇ ਉਹ ਪਿੰਡ ਵੀ ਉਜਾੜ ਦਿੱਤਾ ਉੱਥੋਂ ਵੀ ਕੱਢ ਦਿੱਤਾ ਉਹਨੂੰ ਫਿਰ ਉਹਨੇ ਆਪਣੇ ਦੋਸਤਾਂ ਦਾ ਸਹਾਰਾ ਲੈ ਕੇ ਤੀਜਾ ਪਿੰਡ ਵੀ ਵਸਾਲਿਆ ਜਦੋਂ ਵਜ਼ੀਰ ਨੂੰ ਪਤਾ ਲੱਗਾ ਵੀ ਤੀਜੀ ਜਗ੍ਹਾ ਤੇ ਵੀ ਜਾ ਕੇ ਉਹਨੇ ਆਪਣਾ ਪਿੰਡ ਵਸਾਲਿਆ ਤੇ ਕਹਿੰਦੇ ਤੀਜੀ ਵਾਰ ਵੀ ਉਹਨੇ ਪਿੰਡ ਓਝਾੜ ਦਿੱਤਾ ਉਹਦਾ ਉਹਨੂੰ ਉਹਦੇ ਪਿੱਛੇ ਹੀ ਪੈ ਗਿਆ ਹੱਥ ਧੋਕੇ ਸਾਧ ਸੰਗਤ ਜੀ ਜਦੋਂ ਤੀਜੀ ਵਾਰ ਵੀ ਪਿੰਡ ਓਝਾੜ ਦਿੱਤਾ ਤੇ ਸਮਾਂ ਪੈਣ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੋਨੇ ਚੜ੍ਹਾਈ ਕਰ ਗਏ ਜਿਹੜਾ ਜ਼ਿੰਮੇਦਾਰ ਸੀ ਉਹ ਤੇ ਬਾਜ ਦੇ ਜਨਮ ਵਿੱਚ ਆ ਗਿਆ ਤੇ ਜਿਹੜਾ ਵਜ਼ੀਰ ਸੀ ਉਹ ਗਿਟਾਰ ਦੇ ਜਨਮ ਵਿੱਚ ਆ ਗਿਆ ਹੁਣ ਇਹ ਦੋਨੇ ਆਪਣਾ ਜਿਹੜਾ ਹਿਸਾਬ ਕਿਤਾਬ ਬਰਾਬਰ ਕਰ ਰਹੇ ਨੇ ਆਖੋ ਸਤਨਾਮ ਪਹਿਲਾ ਜ਼ਿੰਮੇਦਾਰ ਨੂੰ ਵਜ਼ੀਰ ਨੇ ਉਜਾੜਿਆ ਅੱਜ ਜ਼ਿੰਮੇਦਾਰ ਬਾਜ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਜ਼ਿੰਮੇਦਾਰ ਬਾਜ ਦੇ ਰੂਪ ਵਿੱਚ ਉਹ ਵਜ਼ੀਰ ਤੋਂ ਆਪਣਾ ਬਦਲਾ ਲੈ ਰਿਹਾ ਮਾਸ ਖਾ ਰਿਹਾ ਉਹਦਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪੇ ਬੀਜ ਆਪੇ ਹੀ ਖਾਓ